ਹੈਲੋ ਜੀ ਸਤਿ ਸ੍ਰੀ ਅਕਾਲ ਨਮਸਤੇ ਆਦਾਬ ਇੱਕ ਸਮਾਜ ਸੇਵੀ ਹੋਣ ਦੇ ਨਾਤੇ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਕਹਾਣੀ ਸੁਣਾਉਣਾ ਕਹਿੰਦੇ ਅਮਰੀਕਾ ਦੇ ਵਿੱਚ ਕਿਸੇ ਬੰਦੇ ਨੇ ਬਹੁਤ ਹੀ ਘਨੋਲਾ ਜੁਰਮ ਕੀਤਾ ਤੇ ਉਸ ਨੂੰ ਸਜ਼ਾ ਇਹ ਦਿੱਤੀ ਗਈ ਕਿ ਇਸ ਬੰਦੇ ਨੂੰ ਜਾਨ ਤੋਂ ਮਾਰਿਆ ਜਾਵੇ ਪਰ ਇਸ ਨੂੰ ਸੱਪ ਦਾ ਡੰਗ ਮਾਰ ਕੇ ਮਾਰਿਆ ਜਾਵੇ ਔਰ ਉਸ ਤੋਂ ਬਾਅਦ ਇਹ ਵਿੱਚ ਉਹਨੂੰ ਇੱਕ ਹਫ਼ਤੇ ਵਾਸਤੇ ਕਾਲ ਕੋਠੀ ਦੇ ਵਿੱਚ ਬੰਦ ਕਰ ਦਿੱਤਾ ਗਿਆ ਹੁਣ ਉਹ ਬੰਦਾ ਉੱਥੇ ਰੋੜ ਡਰਿਆ ਕਰੇ ਕਿ ਮੈਨੂੰ ਕਿਸ ਤਰੀਕੇ ਨਾਲ ਸੱਪ ਦਾ ਡੰਗ ਲੱਗੇਗਾ ਮੇਰੇ ਮੂੰਚੋਂ ਝਾਗ ਆਏਗੀ ਮੈਨੂੰ ਕਿੰਨਾ ਕੁ ਦਰਦ ਹੋਏਗਾ ਸੋ ਇੱਕ ਹਫਤੇ ਬਾਅਦ ਜੀ ਉਸ ਬੰਦੇ ਨੂੰ ਕਾਲ ਕੋਠੇ ਚੋਂ ਬਾਹਰ ਕੱਢਿਆ ਗਿਆ ਉਸ ਨੂੰ ਨਵਾਇਆ ਗਿਆ ਧੋਇਆ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਉਹਦੀਆਂ ਅੱਖਾਂ ਦੇ ਉੱਤੇ ਪੱਟੀ ਬੰਨੀ ਗਈ ਤੇ ਉਸ ਨੂੰ ਲੰਬਾ ਪਾ ਲਿਆ ਗਿਆ ਔਰ ਉਹਦੀਆਂ ਦੋਨੋਂ ਲੱਤਾਂ ਦੇ ਰੱਸੀ ਬੰਨ ਦਿੱਤੀ ਗਈ ਤੇ ਦੋਨੋਂ ਹੱਥ ਉਹਦੇ ਬੰਨ ਦਿੱਤੇ ਗਏ ਔਰ ਉਸ ਤੋਂ ਬਾਅਦ ਦੇ ਵਿੱਚ ਉਹਦੀ ਜੀ ਉਸ ਬੰਦੇ ਦੇ ਮੋਢੇ ਦੇ ਉੱਪਰ ਇੱਕ ਪਿੰਨ ਚੁਬਾਈ ਗਈ ਔਰ ਤੁਸੀਂ ਹੈਰਾਨ ਹੋ ਜਾਓਗੇ ਕਿ ਉਹ ਬੰਦਾ ਇੱਕ ਪਿੰਨ ਚਬਾਉਂਦੇ ਨਾਲ ਹੀ ਮਰ ਗਿਆ ਯਾਨੀ ਕਿ ਉਸ ਬੰਦੇ ਦੇ ਮਨ ਦੇ ਵਿੱਚ ਇੰਨਾ ਡਰ ਸੀ ਸੱਪ ਦਾ ਕਿ ਉਸ ਨੂੰ ਇਹ ਲੱਗਿਆ ਕਿ ਮੈਨੂੰ ਸੱਪ ਨੇ ਡੱਗ ਮਾਰਿਆ ਸੋ ਉਸੇ ਤਰੀਕੇ ਦੇ ਨਾਲ ਹੀ ਇਹ ਕਰੋਨਾ ਦੀ ਬਿਮਾਰੀ ਹੈ ਸਾਨੂੰ ਕਿਤੇ ਥੋੜੀ ਜਿਹੀ ਖੰਗ ਲੱਗ ਜਾਵੇ ਸਾਨੂੰ ਇਹ ਲੱਗਦਾ ਕਿ ਸ਼ਾਇਦ ਸਾਨੂੰ ਕਰੋਨਾ ਹੋ ਗਿਆ ਸਾਨੂੰ ਹਲਕਾ ਜਿਹਾ ਜੁਕਾਮ ਹੋ ਜਾਵੇ ਸਿਰ ਦੁੱਖਣ ਲੱਗ ਜਾਵੇ ਸਰੀਰ ਟੁੱਟਣ ਲੱਗ ਜਾਵੇ ਸਾਨੂੰ ਇਹ ਲੱਗਦਾ ਕਿ ਆ ਸਾਨੂੰ ਆਪਣੇ ਚੈੱਕਅਪ ਕਰਾਉਣਾ ਚਾਹੀਦਾ ਕਿਤੇ ਸਾਨੂੰ ਕਰੋਨਾ ਤੇ ਨਹੀਂ ਹੋ ਗਿਆ ਸੋ ਇਸ ਕਰਕੇ ਆਪਣੇ ਆਪ ਨੂੰ ਮਜ਼ਬੂਤ ਰੱਖੋ ਔਰ ਖਾਸੇ ਖੇਡਦੇ ਰਹੋ ਕੋਈ ਗੱਲ ਨਹੀਂ ਜੇ ਬਿਜ਼ਨਸ ਬੰਦ ਹੋ ਗਿਆ ਹੈ ਨੌਕਰੀ ਚਲੀ ਗਈ ਹੈ ਘਰ ਦੇ ਵਿੱਚ ਅੱਗੇ ਤਿੰਨ ਤਿੰਨ ਸਬਜ਼ੀਆਂ ਦੇ ਨਾਲ ਰੋਟੀ ਖਾਂਦੇ ਸੀ ਹੁਣ ਇੱਕ ਸਬਜ਼ੀ ਦੇ ਨਾਲ ਰੋਟੀ ਖਾ ਰਹੇ ਆ ਇਹ ਵੀ ਰੱਬ ਦਾ ਸ਼ੁਕਰ ਮਨਾਓ ਕਿ ਤੁਸੀਂ ਬਿਲਕੁਲ ਠੀਕ ਠਾਕ ਹੋ ਸਹੀ ਸਲਾਮਤ ਹੋ ਸੋ ਇਸ ਕਰਕੇ ਜਿਆਦਾ ਟੀਵੀ ਚੈਨਲ ਦੇ ਉੱਤੇ ਖਬਰਾਂ ਨਾ ਦੇਖੋ ਯਾਰਾਂ ਦੋਸਤਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਰਹੋ ਬੱਚਿਆਂ ਦੇ ਨਾਲ ਖੇਡਦੇ ਰਹੋ ਖੁਸ਼ੀ ਦਾ ਮਾਹੌਲ ਬਣਾ ਕੇ ਰੱਖੋ ਕਹਿੰਦੇ ਛੋਟੀ ਛੋਟੀ ਖੁਸ਼ੀ ਖੁਸ਼ਹਾਲੀ ਬਣ ਜਾਂਦੀ ਏ ਦੀਵਾ ਦੀਵਾ ਬਾਲੀਏ ਦੀਵਾਲੀ ਬਣ ਜਾਂਦੀ ਏ ਕਿਤੇ ਇਹ ਨਾ ਹੋਵੇ ਟੈਨਸ਼ਨਾਂ ਦੇ ਵਿੱਚ ਅੱਜ ਕੱਲ ਦੇ ਜ਼ਮਾਨੇ ਵਿੱਚ ਹਰ ਇੱਕ ਨੂੰ ਟੈਨਸ਼ਨ ਹੈ ਜਿਹਨੂੰ ਕੋਈ ਟੈਨਸ਼ਨ ਨਹੀਂ ਹੈ ਉਹਨੂੰ ਇਸ ਗੱਲ ਦੀ ਟੈਨਸ਼ਨ ਹੈ ਕਿ ਮੈਨੂੰ ਕੋਈ ਟੈਨਸ਼ਨ ਕਿਉਂ ਨਹੀਂ ਹੈ ਔਰ ਇਹ ਨਾ ਹੋਵੇ ਕਿਤੇ ਟੈਨਸ਼ਨਾਂ ਲੈ ਕੇ RAM ਨਾਮ ਸੱਤ ਹੈ ਗਲੀ ਨੰਬਰ 8 ਹੈ ਤੇ ਮਕਾਨ ਨੰਬਰ 10 ਹੈ ਇੱਕ ਵਾਰੀ ਹੱਥ ਕੇ ਦਿਖਾਓ ਆਹ